20 साल पहले मेरे फादर ने भी मेयर का इलेक्शन लड़ा था, लेकिन उस टाइम बीजेपी मेजोरिटी थी, तो आज हमारी पार्टी ने फिर से मौका दिया है, तो हम इसमें जो भी अच्छा काम होगा हम कर रहे हैं। ज्यादा की लगता तो की चीज उरे लगता थोनू बिजली आखिरकार चंडीगढ़ करने वाली है? गाँव में विकास गति तेजी से हो और शहर में सिस्टम गार्बेज कलेक्शन सिस्टम को और अच्छा बनाना और गार्बेज डंप को जल्दी से जल्दी खत्म करना और नया वेट वेस्ट प्लांट लगाना। गुप्ता ने जिहड़े नवे मेयर बन गए ने, गुप्ता जी देखा जावे चंडीगढ़ दे मेयर होना अपने आप दे विच इक बहुत वड्डे माण वाली गल हुंदी है। पहला तां मैं तुहाडी माता जी नाल गल कर रहा सी, कहिंदे साडे तीन पीढ़ियां हो गईआं ਤੇ ਲੱਗਦਾ ਵੀ ਉਹੀ ਨਿਸ਼ਚਾ ਲੋਕਾਂ ਦਾ ਵਿਸ਼ਵਾਸ ਤੁਹਾਡੇ ਚ ਬਣਿਆ ਹੋਇਆ ਤਾਂ ਹੀ ਵਾਰੀ ਵਾਰੀ ਮੌਕਾ ਮਿਲਦਾ। ਦੇਖੀ ਜੀ 20 ਸਾਲ ਪਹਿਲੇ ਮੇਰੇ ਫਾਦਰ ਨੇ ਵੀ ਮੇਅਰ ਕਾ ਇਲੈਕਸ਼ਨ ਲੜਾ ਥਾ, ਲੇਕਿਨ ਉਸ ਟਾਈਮ ਬੀਜੇਪੀ ਮੈਜੋਰਟੀ ਥੀ, ਤੋ ਅੱਜ ਮੇਰੀ ਪਾਰਟੀ ਨੇ ਫਿਰ ਸੇ ਮੌਕਾ ਦਿਆ ਹੈ, ਤੋ ਹਮ ਇਸਮੇ ਜੋ ਵੀ ਅੱਛਾ ਕੰਮ ਹੋਗਾ ਹਮ ਕਰ ਰਹੇ ਹਾਂ। ਇੱਕ ਚੀਜ਼ ਬੜੀ ਦੇਖੀ, ਤੁਹਾਡੀ ਬੇਟੀ ਬਹੁਤ ਖੁਸ਼ ਸੀ, ਬਾਹਰ ਪੁਲਿਸ ਵਾਲਿਆਂ ਨੂੰ ਵੀ ਸਾਰਿਆਂ ਨੂੰ ਉੱਥੇ ਲੱਡੂ ਖਵਾ ਕੇ ਆਏ, ਪਰਿਵਾਰ ਦੇ ਵਾਸਤੇ ਕਹਿ ਸਕਦੇ ਆ ਵੀ ਇਹ ਭਾਵੁਕ ਪਲ ਹੁੰਦੇ ਨੇ। ਹਾਂਜੀ, ਜਿਵੇਂ ਮੈਂ ਆਪਕੋ ਕਹਾ ਕਿ ਮੇਰੇ ਫਾਦਰ ਨੇ ਵੀ 20 ਸਾਲ ਪਹਿਲੇ ਮੇਅਰ ਕਾ ਇਲੈਕਸ਼ਨ ਕੰਟੈਸਟ ਕਰਾ ਥਾ, ਲੇਕਿਨ ਬੀਜੇਪੀ ਮੈਜੋਰਟੀ ਨਾ ਹੋਣ ਕੀ ਵਜ੍ਹਾ ਤੋਂ ਅਨਸਕਸੈਸਫੁਲ ਕੰਟੈਸਟ ਕੀਤਾ, ਤੋ ਇਸ ਨੇ ਪਰਿਵਾਰ ਕਾ ਬੜਾ ਭਾਵੁਕ। ਜ਼ਿਆਦਾ ਕੀ ਲੱਗਦਾ ਤੁਹਾਨੂੰ, ਕੀ ਚੀਜ਼ ਉਰੇ ਲੱਗਦਾ ਤੁਹਾਨੂੰ ਵੀ ਜਿਹੜੀ ਆਖਿਰਕਾਰ ਚੰਡੀਗੜ੍ਹ ਕਰਨ ਵਾਲੀ ਹੈ, ਕਿਉਂਕਿ ਆਈਡੀਆਜ਼ ਪਾਰਟੀ ਆਪਦੀ ਹੋਵੇ? ਗਾਉਂ ਮੇ ਵਿਕਾਸ ਗਤੀ ਤੇਜ਼ੀ ਸੇ ਹੋ ਔਰ ਸ਼ਹਿਰ ਮੇ ਸਿਸਟਮ ਗਾਰਬੇਜ ਕਲੈਕਸ਼ਨ ਸਿਸਟਮ ਕੋ ਔਰ ਅੱਛਾ ਬਣਾਨਾ ਔਰ ਗਾਰਬੇਜ ਡੰਪ ਕੋ ਜਲਦੀ ਸੇ ਜਲਦੀ ਖਤਮ ਕਰਨਾ ਔਰ ਨਿਆ ਵੈਟ ਵੇਸਟ ਪਲਾਂਟ ਲਗਾਨਾ। ਡੰਪ ਹੋ ਜੂਗਾ ਖਤਮ ਲੱਗਦਾ? ਦੇਖਿਏ ਜੀ, ਆਪ ਹਰ ਰੋਜ਼ ਅਗਰ ਹਰ ਹਫਤੇ ਚੱਕਰ ਲਗਾਏਂਗੇ ਤਾਂ ਆਪਕੋ ਉਸਮੇ ਕੰਮ ਦਿਖੇਗਾ ਹੀ ਦਿਖੇਗਾ। ਬਹੁਤ ਧੰਨਵਾਦ, ਕਿਉਂਕਿ ਅੱਜ ਬਿਜ਼ੀ ਨੇ, ਖੈਰ ਬਾਕੀ ਗੱਲਾਂ ਫੇਰ ਕਦੇ ਕਰਾਂਗੇ ਨਾ ਨਾਲ, ਪਰ ਇੰਨੀ ਗੱਲ ਜ਼ਰੂਰ ਹੈ ਕਿ ਆਖਿਰਕਾਰ ਤੁਸੀਂ ਦੇਖੋ ਧੱਕਾ ਮੁੱਕੀ ਬਹੁਤ ਆ, ਕੋਈ ਡੱਡੂ ਖਵਾਉਣਾ ਚਾਹੁੰਦਾ, ਕੋਈ ਫੋਟੋ ਖਿਚਾਉਣਾ ਚਾਹੁੰਦਾ, ਪਰ ਗੱਲ ਇਹ ਆ ਵੀ ਆਖਿਰਕਾਰ ਜਿਵੇਂ ਪਹਿਲਾਂ ਇਹਨਾਂ ਦੇ ਪਿਤਾ ਜੀ ਵੀ ਚੋਣਾਂ ਲੜੇ ਪਰ ਉਹਨਾਂ ਨੂੰ ਮੌਕਾ ਨਹੀਂ ਮਿਲਿਆ, ਪਰ ਕਹਿੰਦੇ ਮੈਂ ਆਖਿਰਕਾਰ ਮੇਅਰ ਬਣਿਆ, ਇਹਦੇ ਵਿੱਚ ਹੁਣ ਗੱਲ ਇਹ ਕਿ ਜ਼ਿੰਮੇਵਾਰੀ ਉਹਨਾਂ ਦੀਆਂ ਵੱਧ ਗਈਆਂ ਨੇ, ਬੇਟੀ ਹਜੇ ਵੀ ਖੁਸ਼ ਹੋ ਕੇ ਲੱਡੂ ਵੰਡਦੀ ਫਿਰਦੀ ਹੈ, ਪਰ ਨਾਲ ਗੱਲ ਇਹ ਆ ਵੀ ਹੁਣ ਚੁਣੌਤੀਆਂ ਨੇ ਪੂਰੀਆਂ ਹੋਣਗੀਆਂ, ਡੰਪ ਜਿਹੜਾ ਡੰਪਿੰਗ ਗਰਾਊਂਡ ਹੈ ਖਤਮ ਹੋਊਗਾ। ਵੀਡੀਓ ਜਰਨਲਿਸਟ ਅਮਨ ਦੇ ਨਾਲ ਸਮੇਂ ਸਿੰਘ ਜਰਨਲ ਸਪੋਕਸਮੈਨ ਟੀਵੀ ਚੰਡੀਗੜ੍ਹ।